नमस्कार दोस्तों, फाइबर वीर न्यूज देख रहे सारे दर्शकों का स्वागत है जी। दोस्तों बेआसरिया लिए आसरा तन तन गुरु नानक निवास आश्रम का रखा गया जिनी पत्थर। सतनाम सिंह जंड खालड़ा पिक्कीमेंट पट्टी रोज नजदीक रोही वाला पुल जिला तरन तारण विखे अज बेआसरिया लिए आसरा तन तन गुरु नानक निवास आश्रम का नींह पत्थर रखा गया। नींह पत्थर बाबा नरिंद्रपाल सिंह जी के हत्थों नाल रखाया गया, जिस मौके बलविंदर सिंह, सरदूर सिंह, मिंबर सबचैन सिंह, अमृतपाल सिंह, दिलबाग सिंह, कछबीर सिंह खालड़ा, गुरी मलेशिया, गोपी मलेशिया, फौजी सेवा सिंह आदि हाजिर वीर सन। दोस्तों बने रहो साडे नाल, देखते रहो साडा चैनल। जेकर साडे चैनल ते नवे हो तो साडे चैनल नूं हुणे सबसक्राइब कर लो ते ऑल बैल आइकन ते क्लिक करो। ਇਕੀਵੈਂਟ ਤੋਂ ਵਿਸ਼ੇਸ਼ ਰਿਪੋਰਟ ਵਿੱਕੀ ਮਹਿਤਾ ਦੇ ਨਾਲ। ਧੰਨ ਧੰਨ ਗੁਰੂ ਨਾਨਕ ਨਿਵਾਸ ਆਸ਼ਰਮ ਜੋ ਬੇਸਹਾਰਿਆਂ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਮਿਹਰ ਦੱਸ ਦਿੱਤਾ, ਸਮੁੱਚੇ ਇਲਾਕੇ ਦੀ ਸਾਧ ਸੰਗਤ ਵੱਲੋਂ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਇਹ ਜੋ ਬਹੁਤ ਵਧੀਆ ਉਪਰਾਲਾ ਜੀ ਜਿਸ ਦਾ ਜਨੀ ਪੱਥਰ ਰੱਖਿਆ ਗਿਆ, ਸੋ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਹੈ ਔਰ ਇਹਦੇ ਜਿਹਦੇ ਵਿੱਚ ਬੇਸਹਾਰਿਆਂ ਨੂੰ ਸਹਾਰਾ ਮਿਲੇਗਾ। ਔਰ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਜੋ ਬੇਸਹਾਰੇ ਬੱਚੇ ਹਨ, ਬਿਰਧ ਹਨ, ਉਹ ਸੜਕਾਂ ਦੇ ਉੱਤੇ ਇੱਧਰ ਉੱਧਰ ਬਹੁਤ ਜ਼ਿਆਦਾ ਠੰਡ ਦੇ ਵਿੱਚ, ਗਰਮੀ ਦੇ ਵਿੱਚ ਤੰਗੀ ਪਰੇਸ਼ਾਨੀ ਹੁੰਦੀ ਹੈ। ਜਿਨ੍ਹਾਂ ਦੇ ਕੋਲ ਗਰਮੀ ਦੇ ਵਿੱਚ ਜਿਹੜਾ ਹੈ ਉਹ ਪੈਰਾਂ ਦੇ ਵਿੱਚ ਪਾਉਣ ਨੂੰ ਜੋੜਾ ਨਹੀਂ ਹੁੰਦਾ ਔਰ ਪੱਖਾ ਆਦਿਕ ਨਹੀਂ ਹੁੰਦਾ ਔਰ ਖਾਣ ਪੀਣ ਲਈ ਵੀ ਕੋਈ ਸਾਜੋ ਸਮਾਨ ਨਹੀਂ ਹੁੰਦਾ ਔਰ ਸਿਆਲ ਦੇ ਠੰਡ ਦੇ ਵਿੱਚ ਕੰਬਲ ਆਦਿਕ ਰਜਾਈ ਆਦਿਕ ਨਹੀਂ ਹੁੰਦੀ, ਬਾਹਰ ਸੜਕਾਂ ਦੇ ਰੁਲਦੇ ਹਨ ਔਰ ਰੁਲਦਿਆਂ ਰੁਲਦਿਆਂ ਹੀ ਉਹਨਾਂ ਦੀ ਮ੍ਰਿਤੂ ਹੋ ਜਾਂਦੀ ਹੈ। ਸੋ ਬਹੁਤ ਵੱਡਾ ਇਹ ਉਪਰਾਲਾ ਜੋ ਹੈ ਸਾਡੇ ਜੋ ਜੰਡ ਖਾਲੜਾ ਵੀਰ ਨੇ, ਸਤਨਾਮ ਸਿੰਘ ਜੰਡ ਖਾਲੜਾ ਜੋ ਸਾਡੇ ਵੀਰ ਨੇ, ਇਹਨਾਂ ਨੇ ਸੰਗਤਾਂ ਨਾਲ ਮਿਲ ਕੇ ਜੋ ਬਹੁਤ ਵੱਡਾ ਉਪਰਾਲਾ ਕੀਤਾ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸ ਬੇਸਹਾਰਾ ਆਸ਼ਰਮ ਨੂੰ ਜੋ ਚੜ੍ਹਦੀ ਕਲਾ ਦੇ ਨਾਲ ਜਿਹੜਾ ਹੈ ਉਹ ਇਹਦਾ ਜੋ ਵਿਕਾਸ ਹੋਵੇ, ਇਸ ਦੀ ਉਸਾਰੀ ਹੋਵੇ ਔਰ ਛੇਤੋਂ ਛੇਤੀ ਜਿਹੜਾ ਹੈ ਬੇਸਹਾਰਿਆਂ ਨੂੰ ਇੱਥੇ ਸਹਾਰਾ ਮਿਲੇ ਇਹ ਆਸ ਕਰਦੇ ਹਾਂ। ਸੋ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਇਹੀ ਬੇਨਤੀ ਹੈ, ਅਰਦਾਸ ਹੈ ਵੀ ਮਹਾਰਾਜ ਆਪ ਇਸ ਕਾਰਜ ਨੂੰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਕਰਿਓ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਸੋ ਸਾਡੇ ਸਤਨਾਮ ਸਿੰਘ ਜੰਦ ਖਾਲੜਾ ਵੀਰ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਕਾਰਜ ਜਿਹੜਾ ਜਲਦੀ ਪੂਰਾ ਹੋ ਸਕੇ ਔਰ ਬੇਸਹਾਰਿਆਂ ਨੂੰ ਬਹੁਤ ਵੱਡਾ ਜਿਹੜਾ ਸਹਾਰਾ ਹੈ ਮਿਲ ਸਕੇ, ਪ੍ਰਾਪਤ ਹੋ ਸਕੇ। ਇਹੀ ਬੇਨਤੀ ਕਰਦੇ ਹਾਂ ਸਾਰੀ ਸਾਧ ਸੰਗਤ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵਾਹਿਗੁਰੂ ਜੀ ਬੇਸਹਾਰਿਆਂ ਵਾਸਤੇ ਕਾਫੀ ਲੰਮੇ ਸਮੇਂ ਤੋਂ ਅਸੀਂ ਵਿਚਰ ਰਹੇ ਹਾਂ। ਜਿਹੜੇ ਲੋੜਵੰਦ ਪਰਿਵਾਰ ਹੈ, ਕਈਆਂ ਨੂੰ ਕੁਝ ਬਜ਼ੁਰਗਾਂ ਨੂੰ ਬੱਚੇ ਆ ਉਹ ਸਾਂਭਦੇ ਨਹੀਂ ਆ, ਸੜਕਾਂ ਦੇ ਰੁਲਦੇ ਵਿੱਚ ਰੁਲਦੇ ਫਿਰਦੇ ਆ, ਅਤੇ ਕਈ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਦਾ ਕੋਈ 10 ਰੁਪਏ ਤੋਂ ਵੀ ਜਿਹੜਾ ਇਲਾਜ ਨਹੀਂ ਕਰਵਾ ਸਕਦੇ, ਪੈਸਾ ਹੀ ਨਹੀਂ ਹੁੰਦਾ। ਇੱਥੇ ਸਾਰੀਆਂ ਹੀ ਸੁੱਖ ਸਹੂਲਤਾਂ ਦੇਵਾਂਗੇ ਅਤੇ ਇਹ ਸਾਰਿਆਂ ਦਾ ਬੜਾ ਵੱਡਾ ਸੰਯੋਗ ਸਾਡੇ ਸਾਡੇ ਨਾਲ ਫੌਜੀ ਵੀਰ ਆ, ਹੋਰ NRI ਭਰਾ ਜੁੜੇ ਆ ਕਾਫੀ 5-6 ਸਾਲ ਤੋਂ, ਉਹਨਾਂ ਸਦਕਾ ਹੀ ਜਿਹੜਾ ਉਪਰਾਲਾ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਗੇ ਤੋਂ ਜਿਸ ਤਰ੍ਹਾਂ ਵੀ ਸਾਡੇ ਨਾਲ ਇੱਥੇ ਕੋਈ ਇਲਾਕੇ ਦਾ ਸੰਯੋਗ ਮਿਲੂਗਾ, ਵੱਧ ਤੋਂ ਵੱਧ ਅਸੀਂ ਇੱਥੇ ਇੱਕ ਲੈਬ ਵੀ ਖੋਲ੍ਹਾਂਗੇ ਜਿੱਥੇ ਟੈਸਟ ਜਿਹੜੇ ਆ ਉਹ ਸਾਰੇ ਫ੍ਰੀ ਹੋਣਗੇ, ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ। 20 ਰੁਪਏ ਅਸੀਂ ਪਰਚੀ ਰੱਖਾਂਗੇ, ਜੇ ਉਹ ਵੀ ਨਹੀਂ ਦੇ ਸਕਦਾ ਤਾਂ ਇੱਥੇ ਜਿਹੜੇ ਟੈਸਟ ਸਾਰੇ ਫ੍ਰੀ ਰੱਖਾਂਗੇ। ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਇੱਥੇ ਅਸੀਂ ਜਿੰਨਾ ਵੀ ਹੋ ਸਕੇ ਇਸ ਇਲਾਕੇ ਦੇ ਵਿੱਚ ਕੋਈ ਸੜਕਾਂ ਦੇ ਤੁਰਦਾ ਫਿਰਦਾ ਜਾਂ ਕੋਈ ਭੀਖ ਮੰਗਦਾ ਨਹੀਂ ਦਿਖਾਈ ਦੇਊਗਾ। ਇਸ ਕਰਕੇ ਅਸੀਂ ਜਿਹੜਾ ਉਪਰਾਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਨਿਵਾਸ ਜਿਹੜਾ ਆਸ਼ਰਮ ਅੱਜ ਨੀਂਹ ਪੱਥਰ ਧਰਿਆ ਹੈ, ਅਤੇ ਜਿਸ ਤਰ੍ਹਾਂ ਸਹਿਯੋਗ ਮਿਲਦਾ ਉਹ ਸੰਗਤਾਂ ਉਸ ਤਰ੍ਹਾਂ ਜਿਹੜੀ ਛੇਤੀ ਇਹਨਾਂ ਨੂੰ ਜਿਹੜਾ ਸਪੋਰਟ ਕਰਾਂਗੇ। ਅੱਗੇ ਵੀ ਤੁਸੀਂ ਕੁਝ ਟਾਈਮ ਤੋਂ ਸੇਵਾਵਾਂ ਨਿਭਾ ਰਹੇ ਜੇ ਟਰੱਸਟ ਬਣਾ ਕੇ, ਕਿੰਨੇ ਟਾਈਮ ਤੋਂ ਇਹ ਸੇਵਾਵਾਂ ਕਰ ਰਹੇ ਜੀ? ਮੈਂ 5 ਸਾਲ ਤੋਂ ਸੇਵਾਵਾਂ ਕਰ ਰਿਹਾ ਲੋੜਵੰਦ ਖਾਲਸਾ ਸੇਵਾ ਟਰੱਸਟ ਤੋਂ। ਬੜੀ ਮੇਰੇ ਭੈਣ ਭਰਾਵਾਂ ਨੇ ਬੜਾ ਸਾਥ ਦਿੱਤਾ ਹੈ, ਖਾਸ ਕਰਕੇ ਇਹ ਜਿਹੜੀ ਸ਼ੁਰੂਆਤ ਹੈ ਸਾਡੀ ਟਰੱਸਟ ਦੀ ਫੌਜੀ ਵੀਰਾਂ ਤੋਂ ਹੋਈ ਆ। ਉਸ ਤੋਂ ਬਾਅਦ ਸਾਡੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚੋਂ ਸਾਡਾ ਵੀਰ ਜੁੜੇ ਆ, ਹੁਣ NRI ਭੈਣ ਭਰਾ ਜੁੜੇ ਆ, ਅਤੇ ਉਹਨਾਂ ਦੇ ਬਾਰੇ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿਸੇ ਜਿੰਨੀ ਵੀ ਹੋ ਸਕਦਾ ਕਿਸੇ ਨੂੰ ਕੋਈ ਤੰਗੀ ਜਾਂ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਪ੍ਰੈਸ਼ਰ ਦੋ ਕਿਸੇ ਹਸਪਤਾਲ ਨੂੰ ਲੋੜ ਆ, ਕਿਸੇ ਲੜਕੀ ਨੂੰ ਵਿਆਹ ਦੇ ਜਿਹੜਾ ਸੰਯੋਗ ਦੀ ਪਰਿਵਾਰ ਨੂੰ ਲੋੜ ਆ, ਕਾਫੀ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ 5 ਸਾਲ ਤੋਂ 6 ਸਾਲ ਤੋਂ ਜਿਹੜੀ ਕਰਦੇ ਆ ਰਹੇ ਆ।
ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿਨ੍ਹਾਂ ਦੇ ਪਾਵਨ ਪਵਿੱਤਰ ਨਾਮ 'ਤੇ। ਧੰਨ ਧੰਨ ਗੁਰੂ ਨਾਨਕ ਨਿਵਾਸ ਆਸ਼ਰਮ ਜੋ ਬੇਸਹਾਰਿਆਂ ਲਈ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਮਿਹਰ ਦਾ ਸਦਕਾ ਸਮੁੱਚੇ ਇਲਾਕੇ ਦੀ ਸਾਧ ਸੰਗਤ ਵੱਲੋਂ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਇਹ ਜੋ ਬਹੁਤ ਵਧੀਆ ਉਪਰਾਲਾ ਜਿਸਦਾ ਜਨੀ ਪੱਥਰ ਰੱਖਿਆ ਗਿਆ, ਸੋ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਹੈ ਔਰ ਜਿਹਦੇ ਵਿੱਚ ਬੇਸਹਾਰਿਆਂ ਨੂੰ ਸਹਾਰਾ ਮਿਲੇਗਾ। ਔਰ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਜੋ ਬੇਸਹਾਰੇ ਬੱਚੇ ਹਨ, ਬਿਰਧ ਹਨ, ਉਹ ਸੜਕਾਂ ਦੇ ਉੱਤੇ ਜਾਂ ਇੱਧਰ ਉੱਧਰ ਬਹੁਤ ਜ਼ਿਆਦਾ ਠੰਡ ਦੇ ਵਿੱਚ, ਗਰਮੀ ਦੇ ਵਿੱਚ ਤੰਗੀ ਪਰੇਸ਼ਾਨੀ ਹੁੰਦੀ ਹੈ। ਜਿਨ੍ਹਾਂ ਦੇ ਕੋਲ ਗਰਮੀ ਦੇ ਵਿੱਚ ਜਿਹੜਾ ਹੈ ਉਹ ਪੈਰਾਂ ਦੇ ਵਿੱਚ ਪਾਉਣ ਨੂੰ ਜੋੜਾ ਨਹੀਂ ਹੁੰਦਾ ਔਰ ਪੱਖਾ ਆਦਿਕ ਨਹੀਂ ਹੁੰਦਾ ਔਰ ਖਾਣ ਪੀਣ ਲਈ ਵੀ ਕੋਈ ਸਾਜੋ ਸਮਾਨ ਨਹੀਂ ਹੁੰਦਾ ਔਰ ਸਿਆਲ ਦੇ ਠੰਡ ਦੇ ਵਿੱਚ ਕੰਬਲ ਆਦਿਕ, ਰਜਾਈ ਆਦਿਕ ਨਹੀਂ ਹੁੰਦੀ, ਬਾਹਰ ਸੜਕਾਂ 'ਤੇ ਰੁਲਦੇ ਹਨ ਔਰ ਰੁਲਦਿਆਂ ਰੁਲਦਿਆਂ ਹੀ ਉਹਨਾਂ ਦੀ ਮ੍ਰਿਤੂ ਹੋ ਜਾਂਦੀ ਹੈ। ਸੋ ਬਹੁਤ ਵੱਡਾ ਇਹ ਉਪਰਾਲਾ ਜੋ ਹੈ ਸਾਡੇ ਜੋ ਜੰਡ ਖਾਲੜਾ ਵੀਰ ਨੇ, ਸਤਨਾਮ ਸਿੰਘ ਜੰਡ ਖਾਲੜਾ ਜੋ ਸਾਡੇ ਵੀਰ ਨੇ, ਇਹਨਾਂ ਨੇ ਸੰਗਤਾਂ ਨਾਲ ਮਿਲ ਕੇ ਜੋ ਬਹੁਤ ਵੱਡਾ ਉਪਰਾਲਾ ਕੀਤਾ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸ ਬੇਸਹਾਰਾ ਆਸ਼ਰਮ ਨੂੰ ਜੋ ਚੜ੍ਹਦੀ ਕਲਾ ਦੇ ਨਾਲ ਜਿਹੜਾ ਹੈ ਉਹ ਇਹਦਾ ਜੋ ਵਿਕਾਸ ਹੋਵੇ, ਇਸ ਦੀ ਉਸਾਰੀ ਹੋਵੇ ਔਰ ਛੇਤੋਂ ਛੇਤੀ ਜਿਹੜਾ ਹੈ ਬੇਸਹਾਰਿਆਂ ਨੂੰ ਇੱਥੇ ਸਹਾਰਾ ਮਿਲੇ ਇਹ ਆਸ ਕਰਦੇ ਹਾਂ। ਸੋ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਇਹੀ ਬੇਨਤੀ ਹੈ, ਅਰਦਾਸ ਹੈ ਵੀ ਮਹਾਰਾਜ ਆਪ ਇਸ ਕਾਰਜ ਨੂੰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਕਰਿਓ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ। ਸੋ ਸਾਡੇ ਸਤਨਾਮ ਸਿੰਘ ਜੰਦ ਖਾਲੜਾ ਵੀਰ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਸੰਯੋਗ ਦਿੱਤਾ ਜਾਵੇ ਤਾਂ ਕਿ ਇਹ ਕਾਰਜ ਜਿਹੜਾ ਜਲਦੀ ਪੂਰਾ ਹੋ ਸਕੇ ਔਰ ਬੇਸਹਾਰਿਆਂ ਨੂੰ ਬਹੁਤ ਵੱਡਾ ਜਿਹੜਾ ਸਹਾਰਾ ਹੈ ਉਹ ਮਿਲ ਸਕੇ, ਪ੍ਰਾਪਤ ਹੋ ਸਕੇ। ਇਹੀ ਬੇਨਤੀ ਕਰਦੇ ਹਾਂ ਸਾਰੀ ਸਾਧ ਸੰਗਤ ਨੂੰ ਜੀ।